ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਵਿੱਥਿਆ ਨੂੰ ਜਨਮ ਸਾਖੀ ਆਖਦੇ ਹਨ। ਕਦੋਂ ਪਹਿਲੀ ਜਨਮ ਸਾਖੀ ਲਿਖੀ ਗਈ ਇਸਦਾ ਅਜੇ ਤੱਕ ਠੀਕ ਪਤਾ ਨਹੀਂ ਲੱਗਾ। ਕਬੀਰ ਜੀ ਦੇ ਘਰ ਨੂੰ ਆ ਗਏ, ਇਸ ਤੋਂ ਬਾਅਦ ਕਬੀਰ ਜੀ ਨੇ ਆਪਣੇ ਆਪ ਨੂੰ ਰਾਮਾਨੰਦ ਜੀ ਬਾਬਾ ਨਾਨਕ ਜੀ ਨੂੰ ਜਾਣਦੇ ਹੋ? ਚਲੋ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਭੈਣ ਭਰਾ ਦਾ ਪਿਆਰ ਕਿੱਦਾਂ ਦਾ ਹੁੰਦਾ। ਭੈਣ ਨਾਨਕੀ ਫਿਰੇ ਖਡਾਉਂਦੀ ਜਗ ਦਾ ਸਿਰਜਣ ਜਗਦਾ ਸਿਰਜਣ ਹਾਰਾ ਤੇਰੀਆਂ ਸਤਿਗੁਰ ਤੂੰ ਹੀ ਜਾਣੇ ਮਿੱਠਣਾ ਲੱਗੇ ਹਰ ਪਾਣਾ ਭੈਣ ਨਾਨਕੀ ਫਿਰੇ ਖਡਾਉਂਦੀ ਜਗਦਾ ਸਿਰਜਣ ਕਿਸ਼ਨ ਹਾਰਾ ਤੇਰੀਆਂ ਸਤਿਗੁਰ ਤੂੰ ਹੀ ਜਾਣੇ ਮਿੱਠਣਾ ਲੱਗੇ ਹਰ ਪਾਣਾ ਭੈਣ ਨਾਨਕੀ ਫਿਰੇ ਖਡਾਉਂਦੀ ਜਗ ਦਾ ਸਿਰਜਣ ਸਾਖੀ ਵੀਰ ਦੀ ਕੀ ਕੋਈ ਕਰ ਲੋ ਰਾਖੀ ਵੀਰ ਦੀ ਹਰ ਇੱਕ ਦਿਨ ਹੈ ਸਾਖੀ ਵੀਰ ਦੀ ਇਹ ਔਰਤ ਦੇ ਹੱਕ ਵਿੱਚ ਬੋਲੋ ਸੱਚੇ ਸੌਦੇ ਤੇਰਾ ਤੋਲੋ ਪਰਮ ਪਖੰਡਾਂ ਦੀ ਕੰਧ ਢਾਕੇ ਸੱਚ ਦਾ ਕਰੂੰ ਪਸਾਰਾ ਤੇਰੀਆਂ ਸਤਿਗੁਰ ਤੂੰ ਹੀ ਜਾਣੇ ਮਿੱਠਣਾ ਲੱਗੇ ਹਰ ਪਾਣਾ ਭੈਣ ਨਾਨਕੀ ਫਿਰੇ ਖਡਾਉਂਦੀ ਜਗ ਦਾ ਸਿਰਜਣ ਪਰਮੇਸ਼ਰ ਆਪ ਆ ਗਿਆ ਵਿੱਚ ਨਨਕਾਣੇ ਪਾਗ ਲਾ ਗਿਆ ਖੁਦ ਪਰਮੇਸ਼ਰ ਆਪ ਆ ਗਿਆ ਮਜੀਆਂ ਚਾਰੇ ਲੀਲਾ ਤੇਰੀ ਆਖੇ ਵਾਹਿਗੁਰੂ ਰਸਨਾ ਮੇਰੀ ਬਾਠਾਂ ਵਾਲੇ ਬਾਠ ਨੂੰ ਬਖਸ਼ੀ ਬਾਠਾਂ ਵਾਲੇ ਬਾਠ ਨੂੰ ਬਖਸ਼ੀ ਤੇਰੀ ਲਿਖਦਾ ਸਿਫਤ ਨਿਮਾਣਾ ਤੇਰੀਆਂ ਸਤਿਗੁਰ ਤੂੰ ਹੀ ਜਾਣੇ ਮਿੱਠਣਾ ਲੱਗੇ
ਸਤਿਗੁਰ ਤੂੰ ਹੀ ਜਾਣੇ ਮਿੱਠੜਾ ਲਗੇ ਹਰ ਪਾਣਾ।